ਡਾਇਰੀ ਤੇ ਦੁੱਧ ਪਾਉਣ ਜਾ ਰਹੇ ਕਿਸਾਨ ਦਾ ਰਸਤੇ ਦੇ ਵਿੱਚ ਭਿਆਨਕ ਸੜਕੀ ਹਾਦਸਾ ਹੋਇਆ ਜਿਸ ਦੇ ਵਿੱਚ ਇਸ ਕਿਸਾਨ ਦੀ ਮੌਤ ਹੋ ਗਈ। ਰਾਹ ਦੇ ਵਿੱਚ ਕਾਰ ਦੇ ਨਾਲ ਜ਼ਬਰਦਸਤ ਟੱਕਰ ਹੋਈ, ਆਹਮੋ ਸਾਹਮਣੇ ਇਹ ਟੱਕਰ ਹੋਈ। ਮੌਕੇ ਤੇ ਹੀ ਸ਼ਖਸ ਨੇ ਦਮ ਤੋੜ ਦਿੱਤਾ। ਬਟਾਲਾ ਦੇ ਨਜ਼ਦੀਕ ਪਿੰਡ ਸ਼ਾਹਬਾਦ ਵਿਖੇ ਇੱਕ ਦਰਦਨਾਕ ਇਹ ਹਾਦਸਾ ਹੋਇਆ। ਕਿਸਾਨ ਜਸਵੀਰ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਜਦੋਂ ਉਸਨੂੰ ਸਿਵਲ ਹਸਪੀਟਲ ਬਟਾਲਾ ਦੇ ਵਿੱਚ ਲੈ ਕੇ ਗਏ ਤਾਂ ਉੱਥੇ ਉਸਦੀ ਮੌਤ ਹੋ ਗਈ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਜਸਵੀਰ ਸਿੰਘ, ਜਿਸ ਦੀ ਉਮਰ 55 ਸਾਲ ਦੀ ਸੀ ਅਤੇ ਉਹ ਖੇਤੀਬਾੜੀ ਦੇ ਨਾਲ ਨਾਲ ਦੁੱਧ ਦਾ ਕਾਰੋਬਾਰ ਵੀ ਕਰਦਾ ਸੀ, ਰੋਜ਼ਾਨਾ ਸ਼ਾਹਬਾਦ ਡਾਇਰੀ ਤੇ ਦੁੱਧ ਦੇਣ ਆਉਂਦਾ ਸੀ। ਤੇ ਅੱਜ ਜਦੋਂ ਉਹ ਆਇਆ ਤਾਂ ਰਸਤੇ ਦੇ ਵਿੱਚ ਕਾਰ ਦੇ ਨਾਲ ਭਿਆਨਕ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਤਾਂ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਤਾਂ ਦੂਜੇ ਪਾਸੇ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ ਕਿ ਆਖਿਰਕਾਰ ਕਿਸ ਦੀ ਗਲਤੀ ਦੇ ਨਾਲ ਇੱਕ ਸ਼ਖਸ ਦੀ ਮੌਤ ਹੋਈ। ਉਹ ਕਿਸਾਨ ਜੋ ਡਾਇਰੀ ਤੇ ਦੁੱਧ ਪਾਉਣ ਜਾ ਰਿਹਾ ਸੀ, ਰਸਤੇ ਦੇ ਵਿੱਚ ਇਹ ਭਾਣਾ ਵਾਪਰ ਗਿਆ। ਇਹ ਜੀ ਸ਼ਾਹਬਾਦ ਦੇ ਕੋਲ ਹੋਇਆ ਐਕਸੀਡੈਂਟ ਤੇ ਉਹ ਆਪਣੀ ਸਾਈਡ ਤੇ ਖੜੇ ਸੀ, ਉਹ ਗੱਡੀ ਆ ਕੇ ਮੁੰਡੇ ਨੇ ਸਿੱਧੀ ਮਾਰਤੀ ਦੂਜੇ ਸਾਈਡ ਆ। ਕੀ ਨਾਮ ਮੁੰਡੇ ਜੀ ਦੀ ਮੌਤ ਹੋਈ? ਤੁਸੀਂ ਜਸਵੀਰ ਸਿੰਘ ਜੀ। ਕੀ ਕੰਮ ਕਰਦਾ ਜੀ? ਉਹ ਖੇਤੀਬਾੜੀ ਦਾ ਕੰਮ। ਕਿਹੜੇ ਪਿੰਡ ਦੇ ਹੈਗੇ? ਲੱਖੋ ਦਾ ਜੀ। ਉਹ ਡੇਅਰੀ ਦੇ ਆਏ ਸੀ ਜੀ। ਅੱਛਾ ਜੀ। ਸਾਹਮਣੇ ਡੇਅਰੀ ਆ, ਉੱਥੇ ਐਕਸੀਡੈਂਟ ਹੋਇਆ। ਤੁਹਾਡੇ ਕੀ ਲੱਗੇ? ਮੇਰਾ ਬ੍ਰਦਰ ਸੀ ਜੀ। ਪਰਿਵਾਰ 'ਚ ਕੌਣ ਕੌਣ ਉਹਨਾਂ ਦੇ ਹੈਗਾ? ਹਾਂਜੀ, ਉਹਨਾਂ ਦੇ ਪਰਿਵਾਰ 'ਚ ਕੌਣ ਕੌਣ ਜਿਹਨਾਂ ਦੀ ਡੈਥ ਹੋਈ ਹੈ? ਉਹਨਾਂ ਦਾ ਬੇਟਾ ਹੈ, ਬੇਟੀ ਹੈ, ਵਾਈਫ ਹੈ ਉਹਨਾਂ ਦੀ, ਬਾਕੀ ਭਰਾ ਨੇ ਉਹਨਾਂ ਦੇ। ਡਾਕਟਰ ਸਮਿਤੀ, ਮੈਡਮ ਜਿਹੜਾ ਐਕਸੀਡੈਂਟ ਕੇਸ ਆਇਆ ਇਹਦੇ ਬਾਰੇ ਦੱਸ ਦਿਓ। ਹਾਂਜੀ, ਸਾਡੇ ਕੋਲ ਸਵੇਰੇ ਜਿਹੜੇ ਜਸਵੀਰ ਸਿੰਘ ਜੀ ਆਏ ਨੇ, ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਸ਼ਾਹਬਾਦ ਅੱਡੇ 'ਤੇ, ਅਤੇ ਇਹਨਾਂ ਦੇ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਏ ਸੀਗੇ। ਜਦੋਂ ਆਏ ਸੀ ਉਦੋਂ ਕੰਡੀਸ਼ਨ ਕਾਫੀ ਸੀਰੀਅਸ ਸੀਗੀ, ਗੈਸਪਿੰਗ ਦੇ ਸੀਗੇ, ਅਤੇ ਆਪਾਂ ਟ੍ਰੀਟਮੈਂਟ ਸ਼ੁਰੂ ਕਰਤਾ ਸੀ, ਬਟ ਇਲਾਜ ਦੇ ਦੌਰਾਨ ਜਿਹੜੇ ਪੇਸ਼ੈਂਟ ਐਕਸਪਾਇਰ ਕਰ ਗਏ। ਕਿੰਨੀ ਉਮਰ ਸੀ? ਇਹਦੀ 54 ਈਅਰ। ਠੀਕ ਆ। ਐਕਸੀਡੈਂਟ ਹੋਇਆ ਜੀ ਅੱਡਾ ਸ਼ਾਹਬਾਦ ਜੀਡੀ ਰੋਡ 'ਤੇ ਹੋਇਆ ਜੀ। ਇਹਦੇ ਵਿੱਚ ਕਾਰ ਚਾਲਕੀ ਦਾ ਰਾਜ ਕਵਰ ਸਿੰਘ, ਉਹਦੀ ਕਾਰ ਵੱਜੀ ਹੈ ਮੋਟਰਸਾਈਕਲ 'ਚ, ਮੋਟਰਸਾਈਕਲ ਚਾਲਕ ਜਸਵੀਰ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਆ ਜੀ ਐਕਸੀਡੈਂਟ ਹੋਣ ਕਾਰਨ, ਜਿਹਦਾ ਸਿਵਲ ਹਸਪਤਾਲ ਥਰਡ ਪਾਰਟੀ ਜਮ੍ਹਾਂ ਕਰਵਾ ਕੇ ਅਤੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ। ਅਤੇ ਮ੍ਰਿਤਕ ਆ ਇਹਦੀ ਹੈਗਾ ਲੱਖੋਰਾ ਪਿੰਡ ਦਾ ਜੀ, ਉਹ 55 ਸਾਲ ਦੇ ਕਰੀਬ ਇਹਦੀ ਉਮਰ ਆ ਜੀ। ਇਹ ਮੋਟਰਸਾਈਕਲ 'ਤੇ ਆਪਣੇ ਪਿੰਡ ਤੋਂ ਸ਼ਾਹਬਾਦ ਡੇਅਰੀ 'ਚ ਦੁੱਧ ਦੇਣ ਆ ਰਿਹਾ ਸੀ ਜੀ।